ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਬੁੱਤਿਆਂ ਨੂੰ ਜੀ ਆਇਆਂ ਨੂੰ ਟੋਰਾਂਟੋ ਪੁਲਿਸ ਨੇ ਇੱਕ 8 ਮਿਲੀਅਨ ਡਾਲਰ ਦੀ ਡਰੱਗ ਫੜੀ 10 ਪੰਜਾਬੀਆਂ ਸਮੇਤ 20 ਗ੍ਰਿਫਤਾਰ ਅੱਜ ਦਾ ਜਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋਂ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਇਤਿਹਾਸ ਵਿੱਚ ਪੁਲਿਸ ਨੇ 1000 ਕਿਲੋ ਦੇ ਕਰੀਬ ਰਿਕਾਰਡ ਤੋਂ ਜੈਸ ਦੀ ਕੀਮਤ 1.6 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਸਤੀ ਜਾ ਰਹੀ ਹੈ ਪੁਲਿਸ ਵੱਲੋਂ ਪਿਛਲੇ 7 ਮਹੀਨਿਆਂ ਦੌਰਾਨ ਨਵੰਬਰ ਤੋਂ ਲੈ ਕੇ ਮਈ ਤੱਕ ਇੱਕ ਆਪਰੇਸ਼ਨ ਕਰਕੇ ਡਰੱਗ ਦੀ ਸਭ ਤੋਂ ਵੱਡੀ ਖੇਫੜੀ ਗਈ ਹੈ ਇਹ ਡਰੱਗ ਮੈਕਸੀਕੋ ਤੋਂ ਕੈਲੀਫੋਰਨੀਆ ਤੇ ਉਸ ਤੋਂ ਅੱਗੇ ਟੋਰਾਂਡੋ ਤੱਕ ਲਿਆਂਦੀ ਗਈ ਇਸ ਲਈ ਡਰੱਗ ਟਰਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਦੱਸੀ ਗਈ ਹੈ ਪੁਲਿਸ ਅਨੁਸਾਰ 96,6200 ਗਨੀਡਨ ਡਾਲਰ ਨਗਦ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਪ੍ਰੋਜੈਕਟ ਬਰੀਸਾ ਅਧੀਨ ਵੱਖ-ਵੱਖ ਥਾਵਾਂ ਤੇ ਛਾਪੇ ਮਾਰ ਕੇ ਫੜੀ ਗਈ ਡਰੱਗ ਵਿੱਚ 4.5 ਕਵਾਂਟਲ ਕੋਕੀਨ ਤੇ 2 ਕਵਾਂਟਲ ਦੇ ਕਰੀਬ ਕ੍ਰਿਸਟਲ ਮੈਥ 427 ਕਿਲੋ ਮੇਰਾਵਾਨਾ ਤੇ 300 ਦੇ ਕਰੀਬ ਨਸ਼ੀਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਵੀ ਦੇ ਕਰੀਬ ਗ੍ਰਿਫਤਾਰ ਵਿਅਕਤੀਆਂ ਵਿੱਚ ਦਰਜਨ ਦੇ ਕਰੀਬ ਪੰਜਾਬੀ ਸ਼ਾਮਲ ਹਨ ਜਿਨ੍ਹਾਂ ਵਿੱਚ ਬਰਮਟਨ ਤੋਂ 37 ਸਾਲਾ ਗੁਰਬਖਸ਼ ਸਿੰਘ ਕੈਲੇਡਨ ਤੋਂ ਹਰਬਲਜੀਤ ਸਿੰਘ ਕਨੇਡਾ ਤੋਂ ਅਮਰਬੀਰ ਸਿੰਘ 43 ਸਾਲਾ ਹਵਿੰਦਰਕੌਰ ਕਿਚਨਸ 73 ਆਲਾ ਸਰਜੰਟ ਸਿੰਘ 26 ਆਲਾ ਹਰਵੀਰ ਤੇ 26 ਸਾਲਾ ਗੁਰਮਨਪ੍ਰੀਤ ਬ੍ਰੈਮਟਨ ਤੋਂ 33 ਆਲਾ ਪਰਮਿੰਦਰ ਸਿੰਘ ਤੇ ਸੈਂਡੀਸ ਆਲਾ ਸੁਖਮੰਤ ਸਿੰਘ ਟੋਰਾਂਟੋ ਤੋਂ 28 ਸਾਲਾ ਰਿਆਨ ਸਿੰਘ 23 ਆਲਾ ਜੈਸਮਿਨ ਸਰੀ ਤੋਂ 43 ਆਲਾ ਜਸਨ ਹਿਲ ਟੋਰਾਂਟੋ ਤੋਂ ਡੈਮੋ 23 ਆਲਾ ਵਾਨ 28 ਸਾਲਾ ਹਾਈਸਾ ਤੇ ਟੋਰਾਂਟੋ ਤੋਂ 43 ਆਲਾ ਹਸਨੀ ਬਜਾਰਮ ਤੇ 28 ਸਾਲਾ ਜੀ ਹੰਗੂ ਦੇ ਨਦੀਮ ਲੀਲਾ ਪੈਂਟਸ ਆਲਾ ਜੂਸਫ ਲੀਲਾ ਤੇ ਪੈਂਟਸ ਆਲਾ ਐਡਰੋ ਵਿਲੀਅਮ ਗ੍ਰਿਫਤਾਰ ਕੀਤੇ ਗਏ ਪੁਲਿਸ ਅਨੁਸਾਰ ਦੋ ਜਨ ਨੇ ਹਜੇ ਵੀ ਫਰਾਰ ਦੱਸੇ ਜਾ ਰਹੇ ਹਨ ਨਸ਼ਿਆਂ ਦੀ ਇੱਕ ਵੱਡੀ ਖੇਪ ਨੂੰ ਬਰਾਮਦ ਕਰਨ ਲਈ ਪੁਲਿਸ ਨੇ ਪੈਂਤੀ ਥਾਂ ਤੇ ਛਾਪੇ ਮਾਰ ਕੇ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਦਿੱਤਾ ਹੈ ਪੁਲਿਸ ਹਜੇ ਵੀ ਇਸ ਫਰੀ ਡਰੱਗ ਬਾਰੇ ਹੋਰ ਵੀ ਜਾਂਚ ਕਰ ਰਹੀ ਹੈ ਏ ਵੀ ਪਤਾ ਲੱਗ ਗਿਆ ਕਿ ਗਿਰਦਰ ਵਿਅਕਤੀ ਨੂੰ ਦਾਅਦ ਵਿਸ਼ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਅਗਲੀ ਤਾਰੀਖ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਟੋਰਾਂਡੋ ਪੁਲਿਸ ਨੇ ਕਈ ਸ਼ਹਿਰਾਂ ਦੀ ਪੁਲਿਸ ਨਾਲ ਮਿਲ ਕੇ ਨਸ਼ਿਆਂ ਵਿੱਚ ਵਿਰੁੱਧ ਵੱਡੀ ਮੁਹਿੰਮ ਨੂੰ ਨਿਪੇੜੇ ਚਾੜਿਆ ਪੁਲਿਸ ਨੂੰ ਅਮਰੀਕਾ ਤੇ ਮੈਕਸੀਕੋ ਦੀ ਪੁਲਿਸ ਨਾਲ ਮਿਲ ਕੇ ਵੀ ਇੰਨੀ ਵੱਡੀ ਮਾਤਰਾ ਵਿੱਚ ਫਰੀਡ ਡਰੱਗ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਖਬਰ ਨੂੰ ਲਾਸਟ ਤੱਕ ਦੇਖਣੇ